ਕਿਤੇ ਜੀ ਸਾਨੂੰ ਕੁਛ ਨਹੀਂ ਪਤਾ ਲੱਗਿਆ, 9 ਵਜੇ 8-9 ਵਜੇ ਦੇ ਕਰੀਬ ਫੋਨ ਆਇਆ ਸਾਨੂੰ, ਕਹਿੰਦੇ ਵੀ ਐਕਸੀਡੈਂਟ ਹੋ ਗਿਆ ਜੀ। ਉਹ ਵੀ ਇਹਨਾਂ ਦੇ ਆਫਿਸ ਵਿੱਚੋਂ ਫੋਨ ਆਇਆ, ਕਹਿੰਦੇ ਐਕਸੀਡੈਂਟ ਹੋ ਗਿਆ ਲੜਕੀ ਦਾ। ਅਤੇ ਫੈਮਿਲੀ ਵਾਲੇ ਪਹਿਲਾਂ ਖਬਰ ਆ ਗਏ, ਫਿਰ ਉੱਥੇ ਜਾ ਕੇ ਪਤਾ ਲੱਗਿਆ ਵੀ ਵੀ ਐਕਸੀਡੈਂਟ ਨਹੀਂ ਹੋਇਆ, ਵੀ ਇਹ ਤਾਂ ਕਤਲ ਕੀਤਾ ਗਿਆ। ਕੀ ਕਰਦੇ ਸੀ ਉੱਥੇ? ਮੋਹਾਲੀ ਜੋਬ ਕਰਦੇ ਸੀਗੇ, ਬੈਂਕ ਦੇ ਵਿੱਚ ਜੋਬ ਕਰਦੇ ਸੀਗੇ। ਇਹਨਾਂ ਨੂੰ ਹੋ ਗਏ 11-12 ਸਾਲ ਹੋ ਗਏ ਜੀ ਕਰੀਬ, ਕੋਈ ਕੰਪਲੇਂਟ ਨਹੀਂ ਐਵੇਂ ਦੀ ਆਈ ਹੈਗੀ ਅੱਜ ਤੱਕ, ਵੀ ਕਦੇ ਕੋਈ ਐਵੇਂ ਦੀ ਗੱਲ ਹੋਈ ਹੋਵੇ ਨਹੀਂ, ਸਾਨੂੰ ਦੱਸਦੀ ਸਾਰੀ ਗੱਲ ਜੀ। ਹਾਂਜੀ, ਰੋਜ਼ ਅਪ ਡਾਊਨ ਕਰਦੇ ਸੀ। ਪਤਾ ਲੱਗਿਆ ਕੁਛ ਕਾਰਨ ਕੀ ਰਿਹਾ? ਨਹੀਂ ਜੀ, ਹਲੇ ਤਾਂ ਕੁਛ ਵੀ ਕਾਰਨ ਨਹੀਂ ਪਤਾ ਲੱਗਿਆ ਜੀ। ਭੈਣ ਭਰਾ ਇਹ ਜੀ, ਇਹਨਾਂ ਦਾ ਮਤਲਬ ਚਾਚਾ ਇਹਦੇ ਜੋ, ਇੱਕ ਤਾਂ ਇਹ ਸੀਗੇ ਜੀ, ਇੱਕ ਇਹਦੀ ਛੋਟੀ ਭੈਣ ਹੈ ਜੀ, ਇੱਕ ਛੋਟਾ ਭਰਾ ਸੀਗਾ ਜੀ। ਮਦਰ ਵੀ ਬਿਮਾਰ ਹੈ, ਤੁਰਤ ਆਉਂਦਾ ਨੀ ਤੁਹਾਨੂੰ ਪਤਾ ਜੀ, ਓਲਡ ਜ਼ਿਆਦਾ ਏਜ ਜ਼ਿਆਦਾ ਹੋਈ। ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ? ਗੁਜ਼ਾਰਾ ਜੀ ਉਹ 1 ਕਿੱਲਾ 1.5 ਕਿੱਲਾ ਜੀ, ਬ੍ਰਦਰ ਉਹਨੇ ਕਿਹਾ ਜੀ ਇਟਲੀ ਜੀ, ਅਤੇ ਆਏ ਕਮਾਉਣ ਵਾਲੀ ਸੀਗੀ ਇਕੱਲੀ ਜੀ। ਹਾਂਜੀ, ਪਿੱਛੋਂ ਫੈਮਿਲੀ ਦਾ ਗੁਜ਼ਾਰਾ ਸਾਰਾ ਜੀ, ਹੁਣ ਤਾਂ ਰੱਬ ਦੇ ਹੱਥਾਂ ਜੀ। ਹੁਣ ਜਿੱਦਾਂ ਹੁਣ ਆਪਾਂ ਕਹਿੰਦੇ ਹਾਂ ਕੁੜੀਆਂ ਆਪਣੇ ਬਰਾਬਰ ਦੀ ਹੁੰਦਾ, ਕੁੜੀਆਂ 'ਚ ਕੋਈ ਫਰਕ ਨਹੀਂ, ਜਿਹੜੀ ਇਹੋ ਜਿਹੀ ਵਾਰਦਾਤ ਹੁੰਦੀ ਹੈ ਕੀ ਕਰਨਾ ਚਾਹੁੰਦੇ ਹੋ? ਇਹ ਵਾਰਦਾਤ ਦੇਖ ਕੇ ਤਾਂ ਪਤਾ ਲੱਗਦਾ ਵੀ ਕੁੜੀਆਂ ਨੂੰ ਤਾਂ ਘਰ 'ਚ ਬਾਹਰ ਨਾ ਕੱਢੋ। ਕੀ ਮੰਗ ਕਰਦੇ? ਮੰਗ ਜੀ ਬਸ ਇਨਸਾਫ ਚਾਹੀਦਾ ਸਾਨੂੰ, ਜਾਂ ਤਾਂ ਫਾਂਸੀ ਸਜ਼ਾ ਹੋਵੇ, ਜਾਂ ਅਸੀਂ ਆਪਾਂ ਅਸੀਂ ਆਪ ਆਪਣਾ ਨੂੰ ਵੀ ਡੁੱਬ ਜਾ ਕੇ, ਬਸ ਇਹੀ ਸੋਚਦੇ ਹਾਂ ਜੀ। ਬ੍ਰਦਰ ਦਾ ਫੋਨ ਆਇਆ ਇਟਲੀ ਤੋਂ, ਉਹ ਵੀ ਬਸ ਦੇਖਦੇ ਜੀ ਆਏ ਰਹੇ, ਕਹਿੰਦਾ ਮੈਂ ਕੀ ਕਰਨਾ ਜੀ, ਮੇਰੀ ਭੈਣੇ ਚੱਲੇਗੀ। ਕਿਸੇ ਨੇ ਕੋਈ ਦੱਸਿਆ ਵੀ ਮੁੰਡਾ ਫੜਿਆ ਗਿਆ? ਹਾਂਜੀ, ਕਹਿ ਤਾਂ ਰਹੇ ਜੀ ਫੜ ਹੋ ਗਏ ਜੀ, ਬਾਕੀ ਦੇਖਦੇ ਜੀ ਹੁਣ ਕੀ ਕਹਿੰਦੇ ਜੀ। ਅਸੀਂ ਤਾਂ ਫਾਂਸੀ ਦੀ ਮੰਗ ਕਰਦੇ ਹਾਂ ਜੀ, ਹੋਰ ਕੁਛ ਨਹੀਂ। ਬਹੁਤ ਗਲਤ ਹੋਇਆ, ਇਹ ਬਹੁਤ ਜ਼ਿਆਦਾ ਗਲਤ ਹੋਇਆ। ਕੁੜੀ ਸ਼ਰੀਫ ਕੁੜੀ ਸੀ, ਆਪਣੇ ਡਿਊਟੀ 'ਤੇ ਜਾ ਰਹੀ ਸੀ, ਗੱਲ ਨਹੀਂ ਸੀ ਬਾਅਦ, ਸਾਨੂੰ ਕੀ ਪਤਾ ਕਿ ਕਿਸੇ ਨੇ ਕਿਵੇਂ ਕਰਿਆ। ਪਰਿਵਾਰ ਦਾ ਗੁਜ਼ਾਰਾ ਹੀ ਗੁੜੀਆ ਦੇ ਸੱਤੇ, ਬਿਲਕੁਲ ਸਹੀ ਗੱਲ ਹੈ। ਦੇਖੋ ਜੀ, ਇਹ ਤਾਂ ਪਰਮਾਤਮਾ ਨੂੰ ਪਤਾ ਲਿਖਣ ਚਲੇ ਗਏ, ਆਪਾਂ ਕੀ ਕਹਿ ਸਕਦੇ। ਜਿੱਦਾਂ ਹੁਣ ਘਟਨਾਵਾਂ ਹੁੰਦੀਆਂ ਨੇ, ਕੁੜੀਆਂ ਨੂੰ ਆਪਣੇ ਬਾਹਰ ਕੱਢਣਗੇ? ਕੱਢੇ ਬਿਨਾਂ ਸਰਦਾ ਨਹੀਂ ਜੀ, ਬਹੁਤ ਹੀ ਮਾੜੀ ਗੱਲ ਹੈ। ਕਿਉਂ ਕੱਢੂ? ਅਗਰ ਦੇਖ ਕੇ ਮਹਿਸੂਸ ਕਰਦੇ ਵੀ ਅੱਜ ਇਹ ਕੁੜੀ ਨਾ ਹੋਏ, ਕਾਹਨੂੰ ਹੋਰ ਰਾਜ ਹੋ ਸਕਦੇ। ਪਰ ਮੇਰਾ ਤਾਂ ਕਹਿਣਾ ਇਹ ਹੈ ਜੀ ਵੀ ਇਹਦਾ ਜਿਹੜਾ ਕੋਈ ਕੋਰਟ ਵਿੱਚ ਕੇਸ ਨਹੀਂ ਹੋਣਾ ਚਾਹੀਦਾ। ਉਹਨੂੰ ਜਿਸ ਤਰ੍ਹਾਂ ਕਿ ਕੁੜੀ ਨੂੰ ਸਾਡੀ ਕਤਲ ਕੀਤਾ ਨਾ, ਉਹਨੂੰ ਵੀ ਇਸ ਤਰ੍ਹਾਂ ਕਤਲ ਹੋ ਜਾਣਾ ਚਾਹੀਦਾ। ਜੇ ਇਹ ਚੀਜ਼ ਹੋਣ ਲੱਗ ਜਾਵੇ ਨਾ, ਆਪਣੇ ਪਿੰਡ ਦੇ ਲੜਕੀਆਂ ਨੂੰ ਮਤਲਬ ਬਚਾਓ ਹੋ ਜਾਵੇ, ਹਰੇਕ ਚੀਜ਼ ਦੇ ਬਚਾਓ ਜੀ। ਦਾ ਬੰਦਾ ਖੂਨ ਚੱਕੂ ਐਸ ਦਾ ਮੋਹਾਲੀ ਆ, ਉੱਥੇ ਕਿੰਨੀ ਪੁਲਿਸ ਨੇ ਕਿੰਨਾ ਕਾਰਵਾਈ, ਉੱਥੇ ਉੱਥੇ ਕਤਲ ਹੋ ਗਿਆ। ਪਿੰਡਾਂ 'ਚ ਆਪਾਂ ਵੱਸਦੇ, ਆਪਣਾ ਕੀ ਹੋਊਗਾ ਜੀ? ਕੀ ਮੰਗ ਕਰਦੇ? ਇਹ ਤਾਂ ਮੰਗ ਕਰਦੇ ਸਖ਼ਤ ਤੋਂ ਸਜ਼ਾ ਹੁੰਦੀ ਹੈ। ਸਰ ਇਹਦੇ ਬਾਰੇ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਜਿਹੜਾ ਦੋਸ਼ੀ ਆ
ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਠੀਕ ਆ ਜੀ, ਐਂ ਤਾਂ ਹੁਣ ਕਿਸੇ ਹੋਰ ਕੁੜੀਆਂ ਨਾਲ ਵੀ ਹੋ ਸਕਦਾ ਇੱਦਾਂ ਦਾ, ਠੀਕ ਆ ਨਾ। ਲੜਕੀ ਤਾਂ ਵੈਸੇ ਸੇਫ ਨਹੀਂ ਹੈਗਾ ਜੀ ਰਹਿਣਾ, ਠੀਕ ਆ। ਵੈਸੇ ਸਰਕਾਰ ਨੂੰ ਇਹੀ ਚਾਹੀਦਾ ਵੀ ਨਸ਼ੇ ਦਾ ਸਭ ਤੋਂ ਵੱਡਾ ਕਾਰਨ ਆ ਇਹ, ਨਸ਼ਾ ਕਰਕੇ ਲੋਕ ਇੱਦਾਂ ਦੇ ਕਰਦੇ ਨੇ ਕੰਮ। ਸਰਕਾਰ ਕੋਈ ਨਾ ਕੋਈ ਇਹਦੇ ਪਰ ਕਾਰਵਾਈ ਕਰ ਰਹੀ ਹੈ। ਹਾਂਜੀ, ਕਮਾਈ ਦਾ ਸਾਧਨ ਵੈਸੇ ਕੁੜੀਆਂ ਜੀ, ਉਹਨਾਂ ਦਾ ਖਰਚਾ ਚੱਲਦਾ ਸੀ, ਡੈਡੀ ਦੇ ਉਹਨਾਂ ਦੇ ਸਟੰਟ ਪਏ ਹੋਏ ਨੇ। ਹੁਣੇ ਮੁੱਲਾਂ ਦਾ 7-8 ਲੱਖ ਰੁਪਇਆ ਲਾਇਆ ਉਹਨਾਂ ਨੇ, ਉਹ ਵੀ ਬਿਮਾਰ ਨੇ ਜੀ। ਵੈਸੇ ਤਾਂ ਬਹੁਤਾ ਐਡਾ ਕੋਈ ਵਧੀਆ ਉਹ ਨਹੀਂ ਹੈਗਾ ਦਰਮਾਨਾ ਜੀ ਪਰਿਵਾਰ ਦੇ ਰਹਿਣ ਵਾਲੇ ਨੇ ਜੀ। ਇਹ ਤਾਂ ਹੁਣ ਰੱਬ ਜਾਣਦਾ ਜੀ, ਦੇਖੋ ਹੁਣ ਮਾੜੀ ਮੋਟੀ ਕੋਈ ਸਹਾਇਤਾ ਕਰਨੀ ਚਾਹੀਦੀ ਹੈ ਕਿਸੇ ਨੂੰ ਜੀ। ਮੰਗ ਤਾਂ ਜੀ, ਜਿਹੜਾ ਆਪਣੇ ਜਿਹਨੇ ਉਹ ਕਰਿਆ ਜੀ ਕਤਲ ਕਰਿਆ ਹੈ, ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਕਤਲ ਦੀ ਸਜ਼ਾ ਚਾਹੀਦੀ ਹੈ ਜੀ ਇਹੋ ਜਿਹੇ ਬੰਦੇ ਨੂੰ, ਤਾਂ ਫਾਂਸੀ ਦੀ ਸਜ਼ਾ ਜੀ।